पंजाब दे डीजीपी वालों लगातार जो पराले किए जा रहे हैं, तो अज नवा पराला शुरू कर दिता गया। पंजाब दे डीजीपी वालों जो पंजाब पुलिस वालों अपील की गई है, जो नाम प्लेटा है वह पंजाबी दे विच कीते जाण। अज असी तुहानू असी जलंधर दी तस्वीर दिखा रहे हैं। जलंधर दे विच कई अफसरों वालों पहले इंग्लिश और पंजाबी होंदी सी, ते हुण कल्ली जो पंजाबी मां बोली आ उसकी जो है तुसीं देख रहे हो पंजाबी दे विच, जो हुण सारिया ने जो पंजाब पुलिस के अफसर सबाना वालों भी जो है इसनों पंजाबी दे विच नाम प्लेटा जो है कर दिते गए। साडे नाल एसीपी माला टाउन साहब है। सर, अज मैं देखने को मिले पहले हिंदी पंजाबी जो पंजाबी और इंग्लिश मिक्स होंदी सी, ते हुण कल्लियां पंजाबी दे विच जो है नाम प्लेटा शुरू कर दी। ਇਹ ਜੋ ਹੈਗਾ ਆਪਣੇ ਮਾਨਯੋਗ ਡੀ ਜੀ ਪੀ ਸਾਹਿਬ ਗੌਰਵ ਯਾਦਵ ਸਾਹਿਬ ਨੇ ਆਪਣਾ ਨੇਮ ਪਲੇਟ ਖੁਦ ਹੀ ਪੰਜਾਬੀ 'ਚ ਪਾਇਆ ਹੈ, ਅਤੇ ਸਾਹਿਬ ਨੇ ਸਭ ਨੂੰ ਅਪੀਲ ਕੀਤੀ ਕਿ ਆਪਣੀ ਜੋ ਨੇਮ ਪਲੇਟ ਹੈਗੀ ਉਹ ਪੰਜਾਬੀ 'ਚ ਪਾਏ। ਉਹ ਸਾਹਿਬ ਦੀ ਅਪੀਲ ਤੋਂ ਪ੍ਰੇਰਣਾ ਪਾ ਕੇ ਆਪਾਂ ਅਤੇ ਸਾਡੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਆਪਣੀ ਨੇਮ ਪਲੇਟ ਪੰਜਾਬੀ 'ਚ ਪਾਈ ਹੈ। ਗੱਲ ਕਰੀਏ ਲਗਾਤਾਰ ਪੰਜਾਬੀ ਮਾਂ ਬੋਲੀ ਹੈ, ਤੁਸੀਂ ਦੀ ਪੰਜਾਬ ਦੇ ਹੋ, ਪੰਜਾਬ ਸਭ ਤੋਂ ਜ਼ਿਆਦਾ ਪੰਜਾਬੀ ਨੂੰ ਸਭ ਤੋਂ ਅੱਗੇ ਪਹਿਲ ਦੇ ਆਧਾਰ 'ਤੇ ਪੰਜਾਬੀ ਦਿੰਦੇ ਨੇ, ਅਤੇ ਅੱਜ ਮੈਂ ਦੇਖਣ ਨੂੰ ਮਿਲਣਾ ਡੀ ਜੀ ਪੀ ਸਾਹਿਬ ਵੱਲੋਂ ਵੀ ਅਪੀਲ ਕੀਤੀ ਗਈ ਹੈ, ਅਤੇ ਤੁਹਾਡੇ ਵੱਲੋਂ ਜੋ ਡੀ ਜੀ ਸਾਹਿਬ ਦੇ ਹੁਕਮ ਹੈ ਉਸਦੇ ਤੁਸੀਂ ਜਲਦੀ ਇਸ ਦੇ ਨਾਮ ਪਲੇਟਾਂ ਜਿਹੜੀਆਂ ਇਹ ਪੰਜਾਬੀ ਦੇ ਵਿੱਚ ਕਰ ਦਿਓ। ਬਿਲਕੁਲ, ਡੀ ਜੀ ਸਾਹਿਬ ਦੇ ਆਰਡਰਸ ਇਹ ਸੀਗੇ ਕਿ ਪੰਜਾਬੀ ਵਿੱਚ ਨੇਮ ਪਲੇਟ ਪਾਉਣ ਤੋਂ ਲੌਜਿਕ ਇਹ ਹੈਗਾ ਕਿ ਜੇ ਕੋਮਨ ਪਬਲਿਕ ਹੈਗੀ ਉਹ ਸਾਡੇ ਨਾਲ ਜੁੜੀ ਮਹਿਸੂਸ ਕਰਦੀ ਹੈ, ਸਾਰੀ ਜੋ ਮਾਂ ਬੋਲੀ ਹੈ ਉਸ ਤੋਂ ਇੱਕ ਜੋ ਲਗਾਵ ਹੈਗਾ ਉਹ ਕਿਸੇ ਔਰ ਭਾਸ਼ਾ ਨਾਲ ਨਹੀਂ ਆਉਂਦਾ ਹੈ। ਜੀ, ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੋ ਅੱਜ ਦਾ ਯੂਥ ਹੈ ਤੁਹਾਡੇ ਵੱਲੋਂ ਕੀ ਮੈਸੇਜ, ਜੋ ਅੱਜ ਪੰਜਾਬੀ ਮਾਂ ਬੋਲੀ ਨੂੰ ਭੁੱਲ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਕਿਹੜੇ ਜਾ ਰਹੇ ਨੇ? ਮੈਸੇਜ ਮੇਰਾ ਯੂਥ ਨੂੰ ਇਹ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਅਪਣਾਈਏ, ਵੱਧ ਤੋਂ ਵੱਧ ਅਪਣਾਈਏ, ਅਤੇ ਸਾਡੀ ਅਪੀਲ ਹੈਗੀ ਸਾਡੇ ਪੁਲਿਸ ਮੁਲਾਜ਼ਮਾਂ 'ਤੇ ਕਿ ਆਪਣੇ ਜੋ ਨੰਬਰ ਪਲੇਟ ਹੈਗੇ ਨਾਂ ਪਲੇਟ ਹੈਗੀ ਉਸਨੂੰ ਪੰਜਾਬੀ 'ਚ ਪਾਈਏ, ਅਤੇ ਜੋ ਵੀ ਬੋਰਡ ਹੈਗਾ ਉਹ ਪੰਜਾਬੀ 'ਚ ਪਾਏ, ਇਹ ਅਪੀਲ ਹੈਗੀ। ਹੁਣ ਅੱਜ ਤੁਹਾਡੇ ਵੱਲੋਂ ਪ੍ਰਵਾਨਾ ਕਰਕੇ ਮੈਨੂੰ ਲੱਗਦਾ ਜਲੰਧਰ ਦੇ ਸਾਰੇ ਕਈ ਮੁਲਾਜ਼ਮਾਂ ਵੱਲੋਂ ਪੰਜਾਬੀ ਨਾਂ ਪਲੇਟ ਕਰ ਦਿੱਤੀ ਗਈ ਹੈ, ਤੁਸੀਂ ਆਪਣੇ ਜਲੰਧਰ ਪੁਲਿਸ ਵਾਸੀਆਂ ਨੂੰ ਕੀ, ਆਪਣੇ ਮੁਲਾਜ਼ਮਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੁਲਾਜ਼ਮਾਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਸਾਡੀ ਨਾਮ ਪਲੇਟ ਜੋ ਹੈ ਪੰਜਾਬੀ 'ਚ ਪਾਓ, ਅਤੇ ਜੋ ਕੋਮਨ ਪਬਲਿਕ ਹੈ ਉਸ ਤੋਂ ਜੁੜਾਓ ਜੋ ਹੋ ਇਸ 'ਤੇ ਵੱਧਦਾ ਹੈ, ਅਤੇ ਪੁਲਿਸ ਅਤੇ ਪਬਲਿਕ ਵਿੱਚ ਜੋ ਗੈਪ ਹੈ ਉਹ ਘੱਟਦਾ ਹੈ। ਸਾਡੇ ਨਾਲ ਮੇਜਰ ਸਿੰਘ ਜੀ। ਮੇਜਰ ਜੀ, ਮੈਂ ਦੀ ਦੇਖ ਰਿਹਾ ਪਹਿਲੇ ਤੁਹਾਡੀ ਇੱਕ ਦਿਨ ਪਹਿਲੇ ਹੀ ਇੰਗਲਿਸ਼ 'ਚ ਅਤੇ ਪੰਜਾਬੀ 'ਚ ਹੁੰਦੀ ਸੀ, ਅਤੇ ਅੱਜ ਇਕੱਲੀ ਪੰਜਾਬੀ ਜੋ ਹੈ ਨਾਮ ਪਲੇਟ ਹੋ ਗਈ। ਜੋ ਸਾਡੇ ਡੀ ਜੀ ਪੀ ਸਾਹਿਬ ਦੇ ਹੁਕਮ ਹੈ ਉਹਨਾਂ ਮੁਤਾਬਕ ਪੰਜਾਬੀ 'ਚ ਨੇਮ ਪਲੇਟਾਂ ਲਾਉਣ ਦੀ ਅਪੀਲ ਹੋਈ ਹੈ, ਇਸ ਕਰਕੇ ਅਸੀਂ ਪੰਜਾਬੀ 'ਚ ਨੇਮ ਪਲੇਟਾਂ ਲਾਈਆਂ ਜੀ। ਤੁਸੀਂ ਦੇਖਿਆ ਗਿਆ ਅਸੀਂ ਏ ਸੀ ਪੀ ਮਾਲਾ ਟੋਨ ਜੀ ਨਾਲ ਗੱਲਬਾਤ ਕੀਤੀ ਆ, ਉਹਨਾਂ ਦਾ ਕਹਿਣਾ ਜੋ ਪੰਜਾਬ ਦੇ ਡੀ ਜੀ ਪੀ ਸਾਹਿਬ ਵੱਲੋਂ ਜੋ ਹੁਕਮ ਜਾਰੀ ਹੋਏ ਨੇ, ਅਪੀਲ ਕੀਤੀ ਗਈ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਜੋ ਹੈ ਆਪਣੀ ਨੇਮ ਪਲੇਟ ਹੈ ਉਹ ਪੰਜਾਬੀ ਦੇ ਵਿੱਚ ਕੀਤੀ ਜਾਵੇ, ਜੋ ਪਹਿਲੇ ਇੰਗਲਿਸ਼ ਅਪੀਲ ਕੀਤੀ ਗਈ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਜੋ ਹੈ ਆਪਣੀ ਨੇਮ ਪਲੇਟ ਹੈ ਉਹ ਪੰਜਾਬੀ ਦੇ ਵਿੱਚ ਕੀਤੀ ਜਾਵੇ, ਜੋ ਪਹਿਲੇ ਇੰਗਲਿਸ਼ ਔਰ ਪੰਜਾਬੀ ਚੱਲਦੀ ਸੀ, ਅਤੇ ਹੁਣ ਸਭ ਨੂੰ ਅਪੀਲ ਕੀਤੀ ਗਈ ਹੈ, ਅਤੇ ਕਈ ਅਫਸਰਾਂ ਵੱਲੋਂ ਅਤੇ ਮੁਲਾਜ਼ਮਾਂ ਵੱਲੋਂ ਜੋ ਪੰਜਾਬ ਦੇ ਡੀ ਜੀ ਪੀ ਸਾਹਿਬ ਵੱਲੋਂ ਜੋ ਹੁਕਮ ਜਾਰੀ ਕੀਤੇ ਉਸਦੇ ਪਾਲਣਾ ਕੀਤੀ ਗਈ ਹੈ, ਔਰ ਉਹਨਾਂ ਨੇ ਇਹ ਵੀ ਕਿਹਾ ਜੋ ਥਾਣਿਆਂ ਦੇ ਵਿੱਚ ਜੋ ਬੋਰਡ ਲੱਗੇ ਹੋਏ ਨੇ ਉਹਨਾਂ ਨੂੰ ਵੀ ਪੰਜਾਬੀ ਭਾਸ਼ਾ ਕੀਤੀ ਜਾਵੇ। ਸੁਨੀਲ ਮਹਾਜਨ, ਜਗਬਾਣੀ ਟੀ ਵੀ, ਜਲੰਧਰ।